लो जी भाई जी, अज फिर खड़े आप पनीर बकरियां की मंडी के सीजन तो बाद फिर दोबारा मंडियां जो भरनिया स्टार्ट हुई ने अपने को खड़े ने पनीर साहब गलबात कर देंगे। भाई सत श्रीकाल जी। सत श्रीकाल जी। सब तो पहले तो यूट्यूब लती राणा धूरी का मैं बहुत बहुत धन्यवाद करता इतने पहुंचने जी। धन्यवाद धन्यवाद जी। ठीक है जी, सीजन के बच्चे तो बुरा हाल जहा हो गया ना पनीर साहब। हाँ जी, सीजन के दो तीन मंडियां बहुत लॉस चले, बहुत लॉस चलिया, पूरा ही लॉस चलिया जी। ठीक है जी, हूँ दोबारे सीजन लंघ चलिया जी। ठीक है, अज अपनी मंडी दस रही है जी। बाकी वेले हो गए लोग, वेले हो गए, वेले हो गए है ना। अजे भी 10-15% चल रहा है सीजन का काम। मंडी मुंडी जो कोई हजे मक्खियां बीज रहे ने, किसान बीज रहे हूँ, मक्की का जोर आई, नरमिया का जोर आई, मक्की भी अज की मंडी ने मतलब हंगारा देता भी सीजन लंघ गया, सीजन लंघ गया। अज की मंडी दस रही है, कुछ लोग वेले हो गए, वेले हो गए, जहाँ व्यापारी भीर पहुंचे ने, बकरी पालक भीर पहुंचे ने, भी वधिया माल आए, बहुत वधिया मंडी भरी है। ठीक है, बहुत खुशी हुई। मंडी लगती है प्रबंध देखो जी, तंबुओं का प्रबंध बिलकुल फ्री है, गुरु का लंगर टुत परताया जाता है, ठंडे पानी का प्रबंध सारे फ्री ने जी, फ्री ने, बस कली एंट्री पर्ची शब्द की पर्ची रहने जी, एंट्री पर्ची शब्द की पर्ची। ठीक है जी, इन्ना कुछ फ्री करके बचता भी कुछ ना जी, गेड़ा दिने मंडी दा। मंडी दे विचों तुसीं हरेक तरह का जानवर जिहड़ा खरीद सकदे होंगे, बीटल दे विच बकरे, बकरियां, पठ बकरे जो भी तुसीं खरीदना तां तुसीं मंडी दे विच आओ ते खरीद सकदे होंगे। आयो भाई जी, ਕੀ ਹਾਲ ਚਾਲ ਨੇ? ਵਧੀਆ ਭਾਈ। ਕਿੱਥੋਂ ਆਇਓ? ਮੋਰ ਸਿੰਘ ਵਾਲੇ ਤੋਂ ਜੀ। ਆਪਾਂ ਵੀਰੇ ਬੋੜਾਵਾਲ ਤੋਂ। ਆਪਾਂ ਵੀਰੇ ਬੋੜਾਵਾਲ ਤੋਂ ਜੀ। ਬੋੜਾਵਾਲ ਤੋਂ, ਠੀਕ ਹੈ ਜੀ। ਕੀ ਲੈ ਕੇ ਆਏ ਹੋ? ਦੋ ਪੱਠਾਂ ਲੈ ਕੇ ਆਏ। ਦੋ ਪੱਠਾਂ? ਹਾਂਜੀ। ਕਿੰਨੀ ਕਿੰਨੀ ਉਮਰ ਦੀਆਂ ਨੇ? ਤੂੰ ਵੀ 7 ਕੁ ਮਹੀਨੇ ਦੀ। ਕਿਹੜੀਆਂ ਕਿਹੜੀਆਂ ਨੇ? ਉਹ ਬੈਠੇ ਸ਼ੇਰੀ। ਆਇਆ ਮੜਾ ਖੜਾ ਹੋ। ਇਹ ਪੱਠਾਂ ਦਿਖਾਉਣਾ ਅੱਗੇ ਤੁਹਾਨੂੰ, ਕਾਲੇ ਚਿੱਟੇ ਡੱਬੇ ਨਾ ਖੋਲ ਲੈ। ਬਸ ਇਹ ਨੇ। ਹਾਂਜੀ ਲੈ ਬਈ, ਖੋਲ ਕੇ ਲਿਆਇਆ ਤੈਨੂੰ। ਇਹ ਪੱਠਾਂ ਦਿਖਾਉਣੇ ਤੁਹਾਨੂੰ, 7 ਕੁ ਮਹੀਨੇ ਦੀ ਪੱਠ ਹੈਗੀ ਹੈ। ਹਾਂ ਬਈ, 7 ਕੁ ਮਹੀਨੇ ਦੀ ਪੱਠ ਆ ਬਈ। ਕਲਰ ਕਿਹੜਾ ਇਹ? ਸ਼ੇਰਾ ਰੰਗ ਆ ਗਿਆ ਨਾ ਇਹ? ਹਾਂ ਬਈ, ਸ਼ੇਰਾ ਜਿਹਾ ਆ ਗਿਆ ਬਈ। ਦਿਖਾਉਣੇ ਆ ਤੁਹਾਨੂੰ, ਕੀਮਤ ਵੀ ਪੁੱਛਾਂਗੇ ਬਾਈ ਤੋਂ, ਪਹਿਲਾਂ ਤੁਹਾਨੂੰ ਪੱਠ ਦਿਖਾ ਦਈਏ ਆਪਾਂ। ਕਮੈਂਟ ਕਰ ਦਿਓ ਬਾਈ ਜੀ, ਖੀਰੀ ਆ ਜੇ ਨਾ ਬਈ। ਹੁਣ ਦੰਦ ਛਿੱਟ ਗਈ, ਛਿੱਟ ਗਈ ਦੰਦ, ਫਿਰ 7 ਮਹੀਨੇ ਦੀ ਨਹੀਂ ਹੈਗੀ ਇਹ, ਫਿਰ 1 ਸਾਲ ਦੀ ਆ। ਟੱਪ ਗਈ? ਹਾਂ ਬਈ, ਟੱਪ ਗਈ, ਸਾਲ ਦੀ ਆ ਬਈ ਇਹ। ਦੰਦ ਡੇਗ ਗਈ ਅਜੇ, ਦੰਦ ਡੇਗ ਗਈ ਬਾਈ, ਕੱਢੇ ਨਹੀਂ ਹੈਗੇ ਅਜੇ ਦੋ ਦੁੱਗੇ ਦੇ। ਦਿਖਾ ਦੇ ਮਾੜਾ ਗੇੜਾ ਦਵਾ ਦੇ, ਲੈ ਜਾ ਬਾਈ। ਸ਼ੇਰੇ ਰੰਗ ਦੇ ਵਿੱਚ ਆ ਬਈ, ਦੇਖ ਸਕਦੇ ਹੋਗੇ, ਹੀਟ ਚਾਉਣ ਵਾਲੀ ਆ ਨਾ ਇਹ। ਹਾਂ ਜੀ, ਹਾਂ ਸਹੀ ਗੱਲ ਆ ਬਾਈ। ਕਿੰਨੇ ਦੀ ਵੇਚਣੀ ਆ? 10,000 ਰੁਪਏ ਮੰਗਦਾ। ਲੈ ਬਈ, 10,000 ਰੁਪਏ ਮੰਗਿਆ, ਕੁਆਲਿਟੀ ਤੁਹਾਡੇ ਸਾਹਮਣੇ ਹੈਗੀ, ਨਿਗਾਹ ਮਾਰ ਲਓ, ਦੇਖ ਸਕਦੇ ਲਾਲ ਅੱਖਾਂ ਦੇ ਵਿੱਚ। ਦੂਜੀ ਕਿਹੜੀ ਹੈਗੀ? ਦੂਜੀ ਵੇਚਤੀ। ਦੂਜੀ ਵੇਚਤੀ, ਕਿੰਨੇ ਦੀ ਵੇਚਤੀ? ਹਾਂ ਜੀ, ਉਹ 5 ਦੀ ਵੇਚਦੀ। ਐਡੀ ਉਹ ਛੋਟੀ ਦੀ? ਅੱਛਾ ਛੋਟੀ ਦੀ, ਉਹ ਤਾਂ 5-6 ਮਹੀਨੇ ਦੀ ਸ਼ੇਰੀ ਬਸ। ਠੀਕ ਆ, ਹੋਰ ਕੀ ਲੈ ਕੇ ਆਉਂਗੇ? ਕਿਹੀ ਲੈ ਕੇ ਆਈ ਦੀ? ਆਹੀ ਲੈ ਕੇ। ਚਲੋ ਠੀਕ ਆ ਬਈ, ਅੱਗੇ ਗੱਲਬਾਤ ਕਰਦੇ ਵੀਰਾਂ ਦੇ ਨਾਲ। ਆਪਣੇ ਨੇ ਵੀਰੇ ਜਾਨਵਰ ਆ ਜਾਓ ਬਾਈ, ਖੜੇ ਹੋ ਵੀ ਜਾਨਵਰ ਦਿਖਾਉਣਾ ਬਾਈ ਤੋਂ। ਬੋੜਾ ਵਾਲ ਤੋਂ ਆਏ ਨੇ ਬਾਈ, ਕੀ ਹਾਲ ਨੇ ਵੀਰੇ? ਬਹੁਤ ਵਧੀਆ ਹਾਲ ਚਾਲ। ਠੀਕ ਹੈ ਜੀ, ਕਿੰਨਾ ਟਾਈਮ ਹੋ ਗਿਆ ਵੀਰੇ ਕੰਮ ਕਰਦੇ ਨੂੰ? ਆਪਾਂ ਨੂੰ 5-6 ਸਾਲ ਹੋ ਗਏ। 5-6 ਸਾਲ ਹੋ ਗਏ, ਠੀਕ ਹੈ ਜੀ। ਕਿੰਨੇ ਕੁ ਨਗ ਰੱਖਦੇ ਹੋ? ਨਗ ਆਪਾਂ ਸੇਲ 'ਤੇ ਕੰਮ ਕਰਦੇ। ਸੇਲ 'ਤੇ ਕੰਮ ਕਰਦੇ ਹੈ ਨਾ, ਆਉਂਦੇ ਜਾਂਦੇ ਰਹਿੰਦੇ? ਆਉਂਦੇ ਜਾਂਦੇ ਰਹਿੰਦੇ। ਹੋਰ ਇਹਦੇ ਨਾਲ ਨਾਲ ਕੋਈ ਕੰਮ? ਨਾਲ ਤਾਂ ਬਸ ਖੇਤੀਬਾੜੀ ਦਾ। ਠੀਕ ਹੈ ਜੀ, ਇੱਧਰ ਕਿਵੇਂ ਆ ਗਏ ਵੀਰੇ ਕੰਮ ਦੇ ਵਿੱਚ? ਬਸ ਸਹਾਇਕ ਧੰਦਾ ਜੀ, ਬਹੁਤ ਵਧੀਆ ਚੰਗਾ ਧੰਦਾ ਜੀ। ਠੀਕ ਹੈ ਜੀ, ਲਓ ਜੀ ਬਈ, ਦੇਖ ਲਓ, ਸਹਾਇਕ ਧੰਦਾ ਗਾ, ਵਧੀਆ ਧੰਦਾ ਹੈਗਾ। ਦਿਖਾਓ ਮਾੜਾ ਜਿਹਾ ਕਿਵੇਂ, ਨਿੱਕੇ ਨਿੱਕੇ ਕੱਦ ਦੀਆਂ ਬੱਕਰੀਆਂ ਨੇ, ਕਿਆ ਦਿਖਾਉਣੇ ਤੁਹਾਨੂੰ? ਆ ਜਾ ਬੱਬੂ, ਇੱਧਰ ਆ ਜਾ,
ਕਿੰਨੇ ਦੰਦ ਆ ਫਿਰ ਇਹ? ਇਹ ਦੁੱਗੀ ਆ ਜੀ। ਦੁੱਗੀ ਆ ਬਈ, ਕੁਆਲਿਟੀ ਦੇਖ ਸਕਦਾ ਤੁਹਾਡੇ ਸਾਹਮਣੇ ਹੈ ਨਾ, ਵਧੀਆ ਕੁਆਲਿਟੀ ਹੈਗੀ, ਚਿੱਟੀਆਂ ਅੱਖਾਂ ਦੇ ਵਿੱਚ ਹੈਗੀ। ਸੜ ਦਿਓ ਵੀਰੇ, ਸੜ ਦਿਓ। ਕੱਦ ਛੋਟਾ ਹੀ ਹੈਗਾ, ਛੋਟੀ ਦੁੱਧ ਰਲ ਗਈ ਜੀ, ਛੋਟੀ ਦੁੱਧ ਰਲ ਗਈ ਹੈ ਨਾ। ਲੈ ਬਈ ਦੇਖ ਸਕਦੇ, ਕ੍ਰੋਸ ਹੋ ਗਈ। ਤੇ ਆਹ ਬਾਕੀ ਦੇਸੀ ਹੈ ਨਾ, ਇਹ ਦੇਸੀ ਆ, ਉਹ ਦੇਸੀ ਹੈ, ਦੇਸੀ ਆ। ਇਹਦਾ ਰੇਟ ਕੀ ਹੈ ਦੇਸੀ ਦਾ? ਆਹ ਦਿਖਾ ਦੇ, ਇਹਦੇ ਪਿੱਛੇ ਇੱਕ ਬੱਕਰਾ ਜੀ, 10,000 ਰੁਪਈਆ। 10,000 ਰੁਪਈਆ? ਲੈ ਵੀ 10,000 ਰੁਪਈਆ ਦੇਸੀ ਬੱਕਰੀ ਆ, ਠੀਕ ਹੈ ਜੀ। ਪਹਿਲਾਂ ਤੁਹਾਨੂੰ ਦੱਸ ਦੀ, ਇਹਦੇ ਪਿੱਛੇ ਉਹ ਕਾਲਾ ਬੱਕਰਾ ਹੈਗਾ, ਕਹਿਰਾ ਬੱਕਰਾ ਜੀ, ਕਹਿਰਾ ਬੱਕਰਾ ਹੈ ਪਿੱਛੇ, ਠੀਕ ਆ ਜੀ। ਤੇ ਉਹ ਜਿਹੜੀ ਉਹ ਦੇਸੀ ਆ ਦੂਸਰੀ, ਉਹ ਬੱਚੇ ਵਗਦਾ, ਉਹ ਖੜ ਸਾਈਡ ਖੜਾ ਹੀ ਬੱਕਰਾ ਵੱਡਾ, ਉਹਦੇ ਮਗਰ ਦੂਜਾ ਨਾ। ਇਹ ਵੀ, ਇਹ ਵੀ ਹੈ। ਇਹਦਾ ਕੀ ਪ੍ਰਾਈਜ਼ ਹੈਗਾ? ਇਹ 14,000 ਜੀ, ਵੱਡਾ ਬੱਕਰਾ ਉੱਚਾ ਡਾ ਕਿਹੜਾ ਹੈਗਾ? ਉਹ ਆਹ ਬੱਕਰੀ, ਇਹਦੇ ਪਿੱਛੇ ਦੋ ਬੱਚੇ ਨੇ ਜੀ, ਦੋ ਬੱਚੇ ਨੇ, ਉਹ ਦੋਨੇ ਬੱਕਰੇ ਨੇ, ਉਹ ਲੋ ਬੈਠੇ ਚਿੱਟੇ ਜੀ, ਹਾਂ ਉਹ ਬੱਚੇ ਨੇ, ਉਹ ਸੋਹਣੇ ਹੈ ਨਾ ਯਾਰ। ਦੁਬਾਰੇ ਕੱਬਣਾ ਕੀ ਨਾ, ਦੁਬਾਰੇ ਹੀ ਕਰਾਉਂਦੇ, ਬੱਚੇ ਵੀ ਖਾਸ ਹੋ ਗਏ ਮਾਰੇ ਤਾਂ। ਕਿੰਨੇ ਦੀ ਇਹ? 25,000 ਰੁਪਏ ਜਿਹੜੀ ਵੱਡੀ, 25,000 ਰੁਪਏ ਦੀ ਕਹਿ ਰਹੇ ਨੇ ਬਾਈ ਵੀ ਦੇ ਦਾਂਗੇ, ਕਿੱਥੇ ਤੱਕ ਛੱਡ ਦੋਗੇ ਇਹਨੂੰ? 20,000 ਰੁਪਏ ਤੱਕ ਛੱਡ ਦੇਵਾਂਗੇ ਬਾਈ, ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਜੋ ਵੀ ਹੈਗਾ ਗਾ, ਠੀਕ ਹੈ ਜੀ। ਬੱਚੇ ਖੜੇ ਨੇ, ਬੱਚੇ, ਅੱਛਾ ਆਹ ਬੱਚੇ ਨੇ ਮਾਂ ਕਿਤੇ, ਉਹ ਬੱਚੇ ਨੇ ਪਿੱਛੇ, ਇਹ ਬੱਚੇ ਨੇ, ਆਹ ਦੇਸੀ ਬੱਕਰੇ ਦੇ ਬੱਚੇ ਆ ਗੱਡੀ 'ਚ, ਠੀਕ ਆ ਬਾਈ, ਦੇਖ ਸਕਦੇ ਹੋ ਇਹ ਬੱਚੇ ਨੇ ਨਾ, ਬੱਚੇ ਸੋਹਣੇ ਆਏ ਨੇ ਯਾਰ, ਬੱਚੇ ਸੋਹਣੇ। ਕੀ ਨੇ ਫਿਰ ਇਹ? ਬੱਕਰੇ ਨੇ, ਦੋਨੇ ਦੋਨੇ ਬੱਕਰੇ ਨੇ ਬਾਈ, ਦੋਨੇ ਬੱਕਰੇ ਨੇ, ਦੇਖ ਸਕਦੇ ਹੋ ਵੀ। ਇਕੱਲੇ ਤਾਂ ਨਹੀਂ ਵੇਚਣੇ ਇਹ? ਨਾ ਇਕੱਲੇ ਨਹੀਂ, ਨਾਲ ਹੀ, ਨਾਲ ਹੀ ਦੇਵਾਂਗੇ, ਨਾਲ ਹੀ ਦੇਵਾਂਗੇ ਬਾਈ। ਕਹਿੰਦੇ 25,000 ਰੁਪਏ ਮੰਗਿਆ, 20 ਤੱਕ ਛੱਡ ਦੇਣਗੇ ਨਾ, ਠੀਕ ਹੈ ਵੀਰੇ? ਠੀਕ ਹੈ ਜੀ, ਓਕੇ ਵੀਰੇ, ਧੰਨਵਾਦ, ਆ ਜਾਓ ਅੱਗੇ ਚੱਲਦੇ ਹਾਂ ਜੀ। ਬਾਈ ਜੀ ਕੀ ਹਾਲ ਨੇ? ਠੀਕ ਠਾਕ ਜੀ। ਕਿੱਥੋਂ ਆਏ ਹੋ? ਧਨੌਲੇ ਤੋਂ ਜੀ। ਧਨੌਲੇ ਤੋਂ ਆਏ ਨੇ ਬਾਈ, ਦੇਖ ਸਕਦੇ ਹੋਗੇ ਇਹ ਬੱਚਾ ਇੱਕ ਲਿਆ ਜੀ ਆਪਾਂ। ਅੱਛਾ, ਬੱਕਰਾ ਕਿ ਪੱਠਾ? ਇਹ ਪੱਠਾ ਜੀ। ਉਹ ਬਾਈ ਪੱਠਾ ਕੀ, ਦੇਖ ਸਕਦੇ ਹੋਗੇ ਕਿੰਨੇ ਮਹੀਨੇ ਦੀ ਹੋਗੀ? ਬੱਕਰੀਆਂ ਦਿਖਾਉਣੇ, ਕਾਲੀਆਂ ਬੱਕਰੀਆਂ ਨੇ, ਦੇਖ ਸਕਦੇ ਹੋ। ਲੈ ਆ ਬੱਕਰੀ ਆ ਕਾਲੀ, ਕਿੰਨੇ ਦੰਦ ਹੋ ਗਈ ਵੀਰੇ? ਇਹ 4 ਦੰਦ ਆ ਜੀ। ਲੈ ਵੀ 4 ਦੰਦ ਬੱਕਰੀ ਹੈਗੀ, ਨਵੀਂ ਬੱਕਰੀ ਆ ਜੇ, ਗੱਭਣਾ ਪਹਿਲੇ ਸੂਏ ਜੀ। ਹਾਂ ਗੱਭਣਾ ਜੀ। ਹਾਂ ਜੀ। ਕਿੰਨੇ ਮਹੀਨੇ ਦੀ? 1.5 ਕੁ ਮਹੀਨੇ ਦੀ ਹੈ ਜੀ। 1.5 ਕੁ ਮਹੀਨੇ ਦੀ ਗੱਭਣਾ ਜੀ, ਕਰੋਸ ਆ ਜੇ। ਹਾਂਜੀ ਹਾਂਜੀ। ਗਰੰਟੀ ਤਾਂ ਨਹੀਂ ਹੈਗੀ ਕਿ ਗੱਭਣਾ? ਗਰੰਟੀ ਨਹੀਂ ਜੀ, ਗਰੰਟੀ ਕੋਈ ਨਹੀਂ ਹੈ ਨਾ, ਕਰੋਸ ਆ ਬਾਈ ਕਹਿੰਦਾ ਨਾ, ਦੇਖ ਸਕਦੇ ਹੋ। ਕਿੰਨੇ ਦੀ ਵੇਚਣੀ ਹੈਗੀ? 15,000 ਦੀ। 15,000 ਰੁਪਏ? ਹਾਂਜੀ। ਲੈ ਵੀ 4 ਦੰਦ ਬੱਕਰੀ ਹੈਗੀ, ਪਹਿਲੇ ਸੂਏ ਗੱਭਣਾ ਕੀ, ਦੇਖ ਸਕਦੇ 1.5 ਕੁ ਮਹੀਨੇ ਦੀ ਬਾਈ, ਕਹਿੰਦੇ 15,000 ਰੁਪਏ ਦੀ, 15,000 ਰੁਪਏ ਦੀ ਵੇਚਣੀ ਹੈਗੀ। ਕਿੰਨੇ ਤੱਕ ਛੱਡ ਦੋਗੇ? ਬਸ ਛੱਡਦਾ 14 ਦੀ, ਛੱਡਦਾ 14 ਹਜ਼ਾਰ ਰੁਪਏ ਘਟਾ ਲਓ। ਹਾਂਜੀ ਹਾਂਜੀ। ਦੂਜੀ ਖੋਲਿਓ, ਉਹ ਸੋਈ ਹੋਈ ਹੈ ਜੀ, ਪਹਿਲੇ ਸੋਈ, ਉਹਦੀ ਮਗਰ ਪੱਠ ਹੈ ਜੀ ਕੈਰੀ, ਉਹ ਬੈਠੀ ਕਾਲੀ, ਉਹ ਕਾਲੀ ਬੈਠੀ। ਹਾਂਜੀ ਹਾਂ, 25 ਹੋਣਗੇ ਸੂਈ ਨੂੰ, 25 ਦਿਨ ਹੋਗੇ ਨਾ। ਦਿਖਾਇਓ, ਇੱਕੇ ਪੱਠ ਆਈ ਸੀਗੀ? ਹਾਂਜੀ ਹਾਂਜੀ, ਇੱਕੋ ਹੀ ਪੱਠ ਆਈ। ਲੈ ਵੀ ਇੱਕ ਪੱਠ ਆਈ ਸੀ, ਆਹ ਦੇਖ ਸਕਦੇ ਲਾਲ ਅੱਖਾਂ ਦੇ ਵਿੱਚ ਹੈਗੀ ਬੱਕਰੀ, ਤੁਹਾਡੇ ਸਾਹਮਣੇ ਆ ਕੁਆਲਿਟੀ ਜੋ ਵੀ ਹੈਗਾ। ਦੁੱਧ ਕਿੰਨਾ ਕੁ ਹੋਊਗਾ? ਦੁੱਧ ਤਾਂ ਲੀਟਰ ਕੀ ਹੈ ਜੀ? ਲੀਟਰ ਕੀ ਆ? ਹਾਂਜੀ ਹਾਂਜੀ। ਦੁੱਧ ਥੋੜ੍ਹਾ, ਸੇਵਾ ਨਹੀਂ ਨਾ ਹੈਗੀ? ਸੇਵਾ ਨਹੀਂ ਹੈਗੀ, ਫਿਰ ਸੇਵਾ ਕਰਿਆ ਕਰੋ। ਬਸ ਸੇਵਾ ਕਰਦਾ ਜਿੰਨੀ ਗੁੰਡੀਆਂ ਕਰਦੇ ਨੇ ਜੀ। ਦੇਖ ਲਓ। ਹਾਂਜੀ ਹਾਂਜੀ, ਮੈਂ ਨਾ ਕਰਿਆ ਕਰਾ ਕੇ ਸੇਵਾ। ਲੈ ਬਾਈ ਦੇਖ ਸਕਦੇ, ਇਹ ਕਿੰਨੇ ਦੀ ਵੇਚਣੀ ਆ? ਮੁੱਲ ਤਾਂ 18,000 ਕਰ ਦਿਆਂਗੇ, ਦੇ ਦਿਆਂਗੇ 15 ਦੀ। ਦੇ ਦੋਗੇ 15 ਦੀ? ਹਾਂ ਠੀਕ ਆ, ਚਲੋ ਠੀਕ ਆ ਜੀ। ਕੀ ਹਾਲ ਆ ਵੀਰੇ? ਠੀਕ ਆ ਬਾਈ, ਵਧੀਆ। ਕਿੱਥੋਂ ਆਇਓ? ਧੂਰਕੋਟ ਤੋਂ ਬਾਈ। ਧੂਰਕੋਟ ਤੋਂ ਆਏ ਨੇ ਬਾਈ, ਦੇਖ ਸਕਦੇ ਹੋ। ਧੂਰਕੋਟ ਕਿਹੜਾ? ਇਹ ਬਾਈ ਧੂਰਕੋਟ ਰੂੜੇਕੇ ਵਾਲਾ, ਰੂੜੇਕੇ ਵਾਲਾ। ਠੀਕ ਆ ਜੀ, ਕੀ ਲੈ ਕੇ ਆਏ ਹੋ? ਇਹ ਬੱਕਰਾ ਵੀਰੇ। ਬੱਕਰਾ ਬਾਈ, ਬੱਕਰਾ ਦਿਖਾ ਦੇ ਬਾਈ, ਕਿੰਨੇ ਮਹੀਨੇ ਦਾ ਹੋ ਗਿਆ? ਇਹ 3.5-3 ਮਹੀਨੇ ਦਾ ਜੀ। 2.5-3 ਮਹੀਨੇ ਦਾ ਬਾਈ, ਦੇਖ ਸਕਦੇ ਕੁਆਲਿਟੀ ਉਹਦੇ ਸਾਹਮਣੇ ਕੀ ਕਰਦਾ ਹੀ ਆ ਬੱਚਾ ਆਪਣਾ। ਹਾਂ ਵੀਰੇ, ਕਰਦਾ ਬੱਕਰਾ। ਠੀਕ ਆ, ਕਿੰਨੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ? ਆਪਣੇ ਕੋਲ ਹੈਗੀਆਂ ਬਾਈ 4-5। 4-5? ਕਿੰਨਾ ਟਾਈਮ ਹੋ ਕੰਮ ਕਰਦੇ ਨੂੰ? ਕੰਮ ਕਰਦੇ ਨੂੰ ਹੋ ਗਏ ਬਾਈ 2-3 ਸਾਲ। ਠੀਕ ਆ, ਬੱਕਰੀਆਂ 'ਚ ਕਿਵੇਂ ਆ ਗਏ? ਪਹਿਲਾਂ ਕਿਹੜਾ ਕੰਮ ਕਰਦੇ ਸੀ? ਨਾ ਪਹਿਲਾਂ ਪੜ੍ਹਦੇ ਸੀ ਬਾਈ, ਉਵੇਂ ਬਸ ਸ਼ੌਂਕ ਨੂੰ ਰੱਖ ਲਿਆ। ਠੀਕ ਆ। ਹਾਂ ਹਾਂ ਬਾਈ, ਵਧੀਆ। ਹੁਣ ਵੀ ਪੜ੍ਹਦੇ ਹੈਗੇ? ਪੜ੍ਹਦਾ ਬਾਈ ਹੁਣ ਵੀ। ਹੁਣ ਵੀ ਪੜ੍ਹਦੇ? ਹਾਂ ਹਾਂ, ਨਾਲ ਨਾਲੇ ਕਰੀ ਜਾਂਦੇ, ਨਾਲ ਨਾਲੇ ਕਰਦੇ ਆ ਵੀਰੇ। ਸਹੀ ਗੱਲ ਆ, ਸ਼ੌਂਕ ਆ ਨਾ। ਹਾਂ ਹਾਂ। ਕਿੰਨੇ ਰੁਪਏ ਮੰਗਦੇ ਬਾਈ? ਇਹਦਾ 6500 ਮੰਗਦੇ ਬਾਈ ਆਪਾਂ। 6500 ਰੁਪਏ ਮੰਗਿਆ ਬਾਈ, ਦੇਖ ਸਕਦੇ ਹੋਗੇ ਬੱਚਾ ਵਧੀਆ ਬੱਚਾ, ਇਹ ਗੱਲ ਨਹੀਂ, ਚੰਗਾ ਹੈਗਾ, ਦੇਖ ਸਕਦੇ ਹੋ। ਹੈੱਡ ਕੁਆਲਿਟੀ ਦੇਖੋ ਬਾਈ, ਲਾਲ ਅੱਖਾਂ ਦੇ ਵਿੱਚ ਹੈਗਾ। ਲੱਗਿਆ ਮੁੱਲ ਕੋਈ? ਮੁੱਲ ਬਾਈ ਦੇਖਦੇ ਹਾਂ, ਲੈ ਲੱਗੀ ਜਾਂਦਾ। ਲੱਗੀ ਜਾਂਦਾ? ਹਾਂ ਹਾਂ ਵੀਰੇ।
ਚਲੋ ਠੀਕ ਹੈ ਵੀਰੇ, ਠੀਕ ਹੈ ਵੀਰੇ, ਓਕੇ ਅੱਗੇ ਚੱਲਦੇ ਹਾਂ ਜੀ।